ਮੇ ਵੀ ਐਡਾ ਮੇਰੀ 11000 ਸੀ ਹੁਣ ਮੇਰੀ ਤਰ੍ਹਾਂ 23500 2008 ਤੋਂ ਲਗਾਤਾਰ ਸਰਕਾਰੀ ਸੇਵਾ ਸਕੂਲਾਂ ਵਿੱਚ ਸੇਵਾ ਦੇ ਰਿਹਾ ਲਗਭਗ 14 ਸਾਲ 15 ਸਾਲ ਮੈਨੂੰ ਹੋ ਗਏ ਸਾਨੂੰ ਧੱਕੇ ਖਾਂਦੇ ਨੇ ਸਾਨੂੰ ਬਾਕੀ ਸਰਕਾਰਾਂ ਨੇ ਕੁੱਟਿਆ ਵੀ ਤੇ ਲੁੱਟਿਆ ਵੀ ਐ ਸਾਨੂੰ ਕੁਝ ਨਹੀਂ ਦਿੱਤਾ ਆ ਪਹਿਲਾ ਮਾਨਸਾ ਸਰਕਾਰ ਆ ਜਿਨੇ ਸਾਨੂੰ ਬਿਨਾਂ ਹੀ ਮਦਦ ਸੰਘਰਸ਼ ਕੀਤੇ ਆ ਬਿਨਾਂ ਕੁਝ ਦਿੱਤਾ ਸਭ ਕੁਝ ਮਤਲਬ ਸਾਨੂੰ ਤਰਖਾਸ ਵੀ ਵਾਦਾ ਕਰਕੇ ਸਾਨੂੰ ਲੀਵ ਵੀ ਦਿੱਤੀ ਸਰ ਇਹਦਾ ਜਿਹੜਾ ਲਗਭਗ 13 ਕੇ ਹਜ਼ਾਰ ਪਰਿਵਾਰਾਂ ਨੂੰ ਬੈਨੀਫਿਟ ਹੋਣਾ ਹੈ ਜਿਹੜਾ ਜੀਮਾਨਯੋਗ ਸੀਐਮ ਸਾਹਿਬ ਨੇ ਐਲਾਨ ਕੀਤੇ ਨੇ ਤਨਖਾਹਾਂ ਦੇ ਵਾਧੇ ਦੇ ਪਲੱਸ ਇਨਕਰੀਮੈਂਟ ਦੇ ਪਲੱਸ ਜੋਬਸ ਸਿਕਿਉਰਿਟੀ ਦੇ ਸਿੱਖਿਆ ਪ੍ਰੋਵਾਈਡਰ 5400 ਨੇ ਉਹਨਾਂ ਦੀ ਤਨਖਾਹ ਪਹਿਲਾਂ ਜਿਵੇਂ 11000 ਸੀਗੀ ਤਾਂ ਹੁਣ ਉਹਨਾਂ ਦੀ 23500 ਹੋ ਜਾਊਗੀ ਤੇ ايਜੀਐਸ ايਏਆਈ ਤੇ ਜਿਹੜਾ ਐਸਟੀਆਰ ਹੈਗੇ ਆ ਉਹਨਾਂ ਦੀ ਤਨਖਾਹ ਪਹਿਲਾਂ 6000 ਸੀਗੀ ਹੁਣ 18000 ਹੋ ਜਾਊਗੀ ਜਦੋਂ ਤੁਹਾਨੂੰ ਪਤਾ ਲੱਗਾ ਕਿ ਸਾਡੀਆਂ ਮੰਗਾਂ ਮੰਨ ਲਈਆਂ ਗਈਆਂ ਤਨਖਾਹਾਂ ਡਬਲ ਹੋ ਗਈਆਂ ਕੀ ਦੋ ਮਨ ਦੇ ਵਿੱਚ ਖਿਆਲ ਆਇਆ ਬੜੇ ਖੁਸ਼ੀ ਹੋਈ ਜੀ ਬਹੁਤ ਪਰਿਵਾਰਾਂ ਨੂੰ ਇਹਦੇ ਵਿੱਚ ਬੜਾ ਲੰਬੇ ਸਮੇਂ ਤੋਂ ਉਡੀਕ ਕਰ ਰਹੇ ਸੀ ਇਸ ਦਿਨ ਦੀ ਬਹੁਤ ਖੁਸ਼ੀ ਹੈ ਪਰਿਵਾਰਾਂ ਦੇ ਵਿੱਚ ਮਾਹੌਲ ਵਧੀਆ ਖੁਸ਼ਮੋਹਲ ਹੈ ਜਿਹੜਾ ਕਿ ਮਤਲਬ ਮੈਸੇਜ ਨੂੰ ਅਸੀਂ 15 ਸਾਲ ਢੀਕਦੇ ਹੋਈਏ ਤੇ ਉਹ ਮੈਸੇਜ ਮਿਲੇ ਤਾਂ ਦੇਖੋ ਤੁਸੀਂ ਆਪ ਵੀ ਕਿੰਨਾ ਕੁ ਜਿਹੜਾ ਖੁਸ਼ੀ ਹੋ ਤਾਂ ਅੱਜ ਹਰ ਇੱਕ ਉਹ ਅਧਿਆਪਕ ਖੁਸ਼ ਹੈ ਜਿਸ ਨੇ ਤਸ਼ੱਦਦ ਝੱਲਿਆ ਸੰਘਰਸ਼ ਕੀਤਾ ਤਾਂ ਉਹਨਾਂ ਨੂੰ ਅੱਜ ਐਸੀ ਖੁਸ਼ਖਬਰੀ ਮਿਲੀ ਕਿ ਉਹ ਖੁਦ ਬਹੁਤ ਜ਼ਿਆਦਾ ਖੁਸ਼ ਨੇ ਜੀ ਹਾਂ ਪੰਜਾਬ ਸਰਕਾਰ ਦੇ ਵੱਲੋਂ ਉਹਨਾਂ ਕੱਚੇ ਅਧਿਆਪਕਾਂ ਨੂੰ ਪੱਕਾ ਕਰਕੇ ਉਹਨਾਂ ਦੀਆਂ ਤਨਖਾਹਾਂ ਵੀ ਡਬਲ ਕਰ ਦਿੱਤੀਆਂ ਤੇ ਉਹ ਅਧਿਆਪਕ ਵੀ ਸਾਡੇ ਨਾਲ ਮੌਜੂਦ ਨੇ ਅਕਸਰ ਕਹਿ ਦਿੰਦੇ ਆ ਕਿ ਕਰ ਦਿੱਤਾ ਕਰ ਦਿੱਤਾ ਪਰ ਗਰਾਊਂਡ 'ਚ ਸਥਿਤੀ ਕੁਝ ਹੋਰ ਹੁੰਦੀ ਹੈ ਸਾਡੇ ਨਾਲ ਸਿੱਖਿਆ ਪ੍ਰੋਵਾਈਡਰ ਮੌਜੂਦ ਨੇ ਉਹਨਾਂ ਦੀਆਂ ਤਨਖਾਹਾਂ ਦੇ ਵਿੱਚ ਵੀ ਵਾਅਦਾ ਕੀਤਾ ਗਿਆ ਹੈ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਸਭ ਤੋਂ ਪਹਿਲਾਂ ਜੀ ਸਵਾਗਤ ਹੈ ਤੁਹਾਡਾ ਪੁਰੋ ਪੰਜਾਬ ਟੀਵੀ ਤੇ ਮੈਂ ਐ ਕੁਲਦੀਪ ਸਿੰਘ ਸਿੱਖਿਆ ਐਜੂਕੇਸ਼ਨ ਪ੍ਰੋਵਾਈਡਰ ਸਰਕਾਰੀ ਪ੍ਰਾਈਮ ਸਕੂਲ ਲਮਲੇੜੀ ਬਲਾਕ ਸ਼ਿ ਨੰਦਪੁਰ ਸਾਹਿਬ ਜ਼ਿਲ੍ਹਾ ਰੂਪਨਗਰ ਅੱਜ ਮੈਂ ਆਪਣੇ ਭਗਵਾਨ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਦਾ ਤਹਿਤ ਇਹ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਡੀ ਨਿਗੂਣੀ ਤਨਖਾਹ ਵਿੱਚ ਭਾਰੀ ਵਾਧਾ ਕਰਕੇ ਤੇ ਸਾਨੂੰ ਬਹੁਤ ਜ਼ਿਆਦਾ ਲੀਫ ਦਿੱਤੀ ਹੈ ਤੁਹਾਡੀ ਹੁਣ ਕਿੰਨੀ ਤਨਖਾਹ ਸੀ ਮੈਂ ਸਿੱਧਾ ਸਿੱਧਾ ਪੁੱਛਿਆ ਤੇ ਹੁਣ ਵਾਧਾ ਕਿੰਨਾ ਹੋਇਆ ਮੈਂ ਐਮਏ ਬੀਏ ਦਾ ਮੇਰੀ 11000 ਸੀ ਹੁਣ ਮੇਰੀ ਤਨਖਾਹ 23500 ਹੋ ਗਈ ਵਾਧਾ ਹੋਇਆ ਕਿੰਨੇ ਸਾਲ ਤੁਸੀਂ ਇਹ ਚੀਜ਼ ਮੰਗਾ ਨੂੰ ਲੈ ਕੇ ਸਰਕਾਰਾਂ ਕੋਲ ਜਾਂਦੇ ਰਹੇ ਫੇਰ ਵੀ ਤੁਹਾਡੀ ਮੰਗਾਂ ਨਹੀਂ ਸੁਨੀਆਂ ਗਈਆਂ ਤਾਂ ਆਖਰ ਉਹ ਦਿਨ ਆ ਗਿਆ ਕਿੰਨਾ ਸਮਾਂ ਤੁਸੀਂ ਸਰਕਾਰੀ 2008 ਤੋਂ ਲਗਾਤਾਰ ਸਰਕਾਰੀ ਸੇਵਾ ਸਕੂਲਾਂ ਵਿੱਚ ਸੇਵਾ ਦੇ ਰਹੇ ਆ ਲਗਭਗ 14 ਸਾਲ 15 ਸਾਲ ਮੈਨੂੰ ਹੋ ਗਏ ਸਾਨੂੰ ਧੱਕੇ ਖਾਂਦੇ ਨੂੰ ਸਾਨੂੰ ਬਾਕੀ ਸਰਕਾਰਾਂ ਨੇ ਕੁੱਟਿਆ ਵੀ ਤੇ ਲੁੱਟਿਆ ਵੀ ਐ ਸਾਨੂੰ ਕੁਝ ਨਹੀਂ ਦਿੱਤਾ ਆ ਪਹਿਲਾਂ ਮਾਨਸਾ ਸਰਕਾਰਾਂ ਜਿਨ੍ਹਾਂ ਸਾਨੂੰ ਬਿਨਾਂ ਹੀ ਮਤਲਬ ਸੰਘਰਸ਼ ਕੀਤੇ ਆ ਬਿਨਾਂ ਕੁਝ ਦਿੱਤਾ ਸਭ ਕੋ ਮਤਲਬ ਤਰਖਾਸ ਵੀ ਵਾਦਾ ਕਰਕੇ ਸਾਨੂੰ ਲੀਫ ਦਿੱਤੀ ਹੈ ਹੋਰ ਕਿਹੜੀਆਂ ਮੰਗਾਂ ਤੁਹਾਡੀਆਂ ਰਹਿndੀਆਂ ਜਿਹੜੀ ਸਰਕਾਰ ਆਉਣ ਵਾਲੇ ਦਿਨਾਂ 'ਚ ਤੁਹਾਨੂੰ ਲੱਗਦਾ ਕਿ ਪੂਰੀਆਂ ਕਰ ਦੇਣਗੀਆਂ ਤੁਹਾਡੇ ਸਾਥੀਆਂ ਦੀਆਂ ਕਿਹੜੀਆਂ ਮੰਗਾਂ ਹੁਣ ਤਰਖਾ ਕੁਛ ਥੋੜੀਆਂ ਮੰਗਾਂ ਰਹਿ ਗਈਆਂ ਮੈਂ ਉਹ ਵੀ ਮਹਮਾਨ ਸਾਹਿਬਾ ਕਹਿੰਦੇ ਜਲਦੀ ਹੱਲ ਕਰ ਦੇਣਗੇ ਕਿੰਨੇ ਅਧਿਅਪਕਾਂ ਨੂੰ ਫਾਇਦਾ ਹੋਇਆ ਤੁਹਾਡੇ ਸਾਥੀ ਕਿੰਨੇ ਸੀਗੇ ਜਿਹੜੀ ਇਸ ਸਕੀਮ ਦਾ ਫਾਇਦਾ ਲੈ ਰਹੇ ਨੇ ਐ ਐਜੂਕੇਸ਼ਨ ਪ੍ਰੋਵਾਈਡਰ ਜੀ ਸਿੱਖਿਆ ਪ੍ਰੋਵਾਈਡਰ ਲਗਭਗ 5400 ਦੇ ਕਰੀਬ ਹੈ ਬਾਕੀ ਵੱਖ-ਵੱਖ ਕੈਟਾਗਰੀਆਂ ਲਗਭਗ ਟੋਟਲ ਪੂਰੇ ਪੰਜਾਬ ਦੇ ਵਿੱਚ ਕੁੱਲ ਕੱਚੇ ਦੇ 13000 ਪਰਿਵਾਰ ਹੈ ਜਿਨ੍ਹਾਂ ਨੂੰ ਅੱਜ ਮਤਲਬ ਕਾਫੀ ਰਲੀਫ ਮਿਲੀ ਹੈ ਪਰਿਵਾਰਾਂ ਨੂੰ ਕੀ ਕਹਿਣਾ ਚਾਹੋਗੇ ਸਰਕਾਰ ਨੇ ਕਦਮ ਚੁੱਕਿਆ ਮੈਂ ਸਰਦਾਰ ਭਗਵੰਤ ਸਿੰਘ ਮਾਨ ਮੰਤਰੀ ਪੰਜਾਬ ਦਾ तहे ਦਿਲੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਐਡਾ ਵੱਡਾ ਕਦਮ ਚੁੱਕ ਕੇ ਸਾਨੂੰ ਪੱਕਿਆ ਪੱਕਿਆ ਕੀਤਾ ਹੈ ਖਾਸੇ ਜਿਹੜੇ ਪਾਣੀ ਵਾਦਾ ਕੀਤਾ ਸੀਐਮ ਭਗਵੰਤ ਮਾਨ ਹੜਾ ਦੇ ਵੱਲੋਂ ਅੱਜ ਤੁਹਾਨੂੰ ਤੋਹਫਾ ਦਿੱਤਾ ਗਿਆ ਕਿੰਨਾ ਸਮਾਂ ਹੋ ਗਿਆ ਪਹਿਲਾ ਰਿਐਕਸ਼ਨ ਕੀ ਸੀ ਜਦੋਂ ਤੁਸੀਂ ਇਹ ਗੱਲ ਸੁਣੀ ਕਿ ਸਾਡੀ ਮੰਗ ਮੰਨ ਲਈ ਗਈ ਆ ਔਰ ਤਨਖਾਹਾਂ ਦੇ ਵਿੱਚ ਡਬਲ ਵਾਦਾ ਹੋਇਆ ਕੀ ਕਹਿਣਾ ਚਾਹੋਗੇ ਇਸ ਬਾਰੇ ਮੈਂ ਮਨਿੰਦਰ ਰਾਣਾ ਸਿੱਖਿਆ ਪ੍ਰੋਵਾਈਡਰ ਅਧਿਆਪਕ ਯੂਨੀਅਨ ਤੋਂ ਜ਼ਿਲ੍ਹਾ ਪ੍ਰਧਾਨ ਰੋਪੜ ਮਾਨ ਸਰਕਾਰ ਨੇ ਜਦੋਂ 5 ਸਤੰਬਰ ਅਨੰਦਪੁਰ ਸਾਹਿਬ ਤੋਂ ਐਲਾਨ ਕੀਤਾ ਸੀ ਇਹ 10 ਸਾਲਾਂ ਪਾਲਿਸੀ ਦਾ ਉਹਨੂੰ ਅੱਜ ਮਾਨ ਸਰਕਾਰ ਨੇ ਪੂਰਾ ਕੀਤਾ ਅਸੀਂ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਸਾਡੀਆਂ ਨਗੂਣੀਆਂ ਤਨਖਾਹਾਂ ਵਿੱਚ ਦੁੱਗਣਾ ਵਾਧਾ ਕਰਕੇ ਸਾਡੇ ਘਰਾਂ ਵਿੱਚ ਖੁਸ਼ੀ ਦਾ ਮਾਹੌਲ ਹੈ ਖੁਸ਼ੀ ਦੀ ਲਹਿਰ ਹੈ ਅੱਜ ਅਸੀਂ ਬਹੁਤ ਖੁਸ਼ ਹਾਂ ਮਾਨਯੋਗ ਮੁੱਖ ਮੰਤਰੀ ਸਾਹਿਬ ਤੋਂ ਤੇ ਸਿੱਖਿਆ ਮੰਤਰੀ ਸਾਡੇ ਹਰਜੋਤ ਸਿੰਘ ਬੈਂਹ ਜੀ ਤੋਂ ਜਿਨ੍ਹਾਂ ਨੇ ਇਹ ਸਾਡੀ ਮੰਗ ਪੂਰੀ ਕੀਤੀ ਪਿਛਲੀਆਂ ਸਰਕਾਰਾਂ ਨੇ ਸਾਡੇ ਨਾਲ ਜੋ ਕੀਤਾ ਉਹ ਸਾਰੇ ਜਾਣਦੇ ਆ ਲੁੱਟਿਆ ਤੇ ਕੁੱਟਿਆ ਪਿਛਲੀਆਂ ਸਰਕਾਰਾਂ ਨੇ ਚਾਹੇ ਉਹ ਅਕਾਲੀ ਦਲ ਦੀ ਸਰਕਾਰ ਸੀ ਚਾਹੇ ਉਹ ਕਾਂਗਰਸ ਦੀ ਸਰਕਾਰ ਸੀ ਪਿਛਲੇ 15 ਸਾਲ ਤੋਂ ਅਸੀਂ ਸੜਕਾਂ ਤੇ ਐਦੀ ਰੋਲ ਰਹੇ ਸੀ ਸਾਡੀਆਂ ਤਨਖਾਹਾਂ ਵਿੱਚ ਕੋਈ ਵਾਧਾ ਨਹੀਂ ਹੋਇਆ ਸਾਡੀ ਪੋਸਟ ਸਿਕਿਉਰ ਨਹੀਂ ਸੀ ਸੋ ਮੁੱਖ ਮੰਤਰੀ ਸਾਹਿਬ ਨੇ ਸਾਡੇ ਨਾਲ ਮੁਹਾਲੀ ਧਰਨੇ ਵਿੱਚ ਆ ਕੇ ਵਾਅਦਾ ਕੀਤਾ ਸੀ ਕਿ ਆਉਂਦੀ ਸਰਕਾਰ ਪਹਿਲੇ ਸਾਲ ਵਿੱਚ ਜਦੋਂ ਸਾਡੀ ਸਰਕਾਰ ਬਣ ਗਈ ਤੇ ਆਪਾਂ ਤੁਹਾਨੂੰ ਰੈਗੂਲਰ ਵੀ ਕਰਾਂਗੇ ਅਤੇ ਤੁਹਾਡੀ ਤਨਖਾਹਾਂ ਵੀ ਦੁੱਗਣੀਆਂ ਕਰਾਂਗੇ ਸੋ ਅਸੀਂ ਮੁੱਖ ਮੰਤਰੀ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਡੀ ਮੰਗ ਨੂੰ ਪੂਰਾ ਕੀਤਾ ਭਗਵੰਤ ਮਾਨ ਦਾ ਐਲਾਨ ਹੋਇਆ ਤਨਖਾਹਾਂ ਇੱਕ ਤਕਰੀਬਨ ਡਬਲ ਕਰ ਦਿੱਤੀਆਂ ਗਈਆਂ ਕਿੰਨੇ ਮਲਾਜ਼ਮਾਂ ਨੂੰ ਫਾਇਦਾ ਹੋਇਆ ਸਭ ਤੋਂ ਪਹਿਲਾਂ ਉਹ ਦੱਸਿਓ ਉਸ ਤੋਂ ਬਾਅਦ ਅਸੀਂ ਤਨਖਾਹਾਂ ਵੀ ਪੁੱਛਾਂਗੇ ਕਿਹੜੇ-ਕਿਹੜੇ ਕੈਟਾਗਰੀ 'ਚ ਕਿੰਨੀਆਂ ਵਧਾਈਆਂ ਗਈਆਂ ਨੇ ਸਰ ਇਹਦਾ ਜਿਹੜਾ ਲਗਭਗ 13k ਹਜ਼ਾਰ ਪਰਿਵਾਰਾਂ ਨੂੰ ਬੈਨੀਫਿਟ ਹੋਣਾ ਹੈ ਜਿਹੜਾ ਅਜਮਾਨ ਜੋਗ ਸੀਐਮ ਸਾਹਿਬ ਨੇ ਐਲਾਨ ਕੀਤੇ ਨੇ ਤਨਖਾਹਾਂ ਦੇ ਵਾਧੇ ਦੇ ਪਲੱਸ ਇਨਕਰੀਮੈਂਟ ਦੇ ਪਲੱਸ ਜੋਬ ਸਿਕਿਉਰਿਟੀ ਦੇ ਇਹਦੇ ਵਿੱਚ ਕੁਝ ਬੈਨੀਫਿਟਸ ਹੈਗੇ ਨੇ ਕਾਫੀ ਤੇ ਇਹਦਾ ਸਾਡੇ 13000 ਪਰਿਵਾਰਾਂ ਦੇ ਲਗਭਗ ਫਾਇਦਾ ਹੋਊਗਾ ਜਿਹਦੇ ਵਿੱਚ ਉਹ ਸਿੱਖਿਆ ਪ੍ਰੋਵਾਈਡਰ 5400 ਨੇ ਉਹਨਾਂ ਦੀ ਤਨਖਾਹ ਪਹਿਲਾਂ ਜਿਵੇਂ 11000 ਸੀਗੀ ਤਾਂ ਹ 500 ਹੋ ਜੂਗੀ ਤੇ اي जीएस एआई ਤੇ ਜਿਹੜਾ ਐਸਟੀਆਰ ਹੈਗੇ ਉਹਨਾਂ ਦੀ ਤਨਖਾਹ ਪਹਿਲਾਂ 6000 ਸੀਗੀ ਹੁਣ 18000 ਹੋ ਜੂਗੀ ਤੇ ਜਿਹੜੇ ਆਈ ਵੀ ਹੈਗੇ 1070 ਉਹਨਾਂ ਦੀ ਗਿਣਤੀ ਹੈ ਤਾਂ ਉਹਨਾਂ ਦੀ ਤਨਖਾਹ ਹੈ ਜਿਹੜੀ ਪਹਿਲਾਂ ਸਾਢੇ 5 ਹੁੰਦੀ ਸੀਗੀ ਤਾਂ ਹੁਣ ਉਹਨਾਂ ਦੀ 15000 ਹੋ ਜੂਗੀ ਤਾਂ ਟੋਟਲ ਜਿਹੜੇ ਇਹ ਪੰਜ ਕੈਟਾਗਰੀਆਂ ਸੀਗੀਆਂ ਤੇ 13000 ਦੇ ਕਰੀਬ ਵਿਦਿਆਪਕ ਬਣਦੇ ਸੀਗੇ ਤੇ ਇਸ ਫੈਸਲੇ ਦਾ ਅਸੀਂ ਸਵਾਗਤ ਕਰਦੇ ਆ ਗਵਰਨਮੈਂਟ ਨੇ ਵਧੀਆ ਫੈਸਲਾ ਲਿਆ ਲੋਕ ਇਤ ਦੇ ਵਿੱਚ ਫੈਸਲਾ ਲਿਆ ਇਹ ਵਰਗ ਬੜਾ ਪੀੜਤ ਸੀਗਾ ਬੜੇ ਲੰਬੇ ਸਮੇਂ ਤੋਂ ਪੀੜਤ ਸੀਗਾ ਜਿੰਨਾ ਹੋਇਆ ਇਹਦੇ ਲਈ ਬਹੁਤ ਧੰਨਵਾਦ ਤੇ ਜਿੰਨਾ ਪੈਂਡਿੰਗ ਆ ਸੀ ਇਸ ਗਵਰਨਮੈਂਟ ਤੋਂ ਹੀ ਲੈਣਾ ਤੇ ਸਾਨੂੰ ਇਹ ਯਕੀਨ ਆ ਵੀ ਇਹ ਜਰੂਰ ਦੇਣਗੇ ਕਿਉਂਕਿ ਪਿਛਲਿਆਂ ਤੋਂ ਸਾਡਾ ਵੀ ਤੇ ਪੂਰੇ ਪੰਜਾਬ ਦਾ ਵੀ ਮਨ ਜਿਹੜਾ ਅੱਕ ਚੁੱਕਿਆ ਸੀ 15 ਸਾਲਾਂ ਦੇ ਵਿੱਚ ਉਹਨਾਂ ਨੇ ਕਿਸੇ ਦੇ ਲੋਕ ਪੱਕੀ ਫੈਸਲੇ ਨਹੀਂ ਲਏ ਸਾਡੇ ਖਾਸ ਕਰਕੇ ਕੱਚੇ ਦੇ ਆਪਕਾਂ ਦਾ ਤਾਂ ਉਹਨਾਂ ਨੇ 1 ਰੁਪਿਆ ਵੀ ਪੇਦਾਵਤ ਨਹੀਂ ਸੀ ਕੀਤਾ ਸਾਡੇ ਨੂੰ ਕੰਮ ਬਰਾਬਰ ਲਿਆ ਤੇ ਬਹੁਤ ਤਸ਼ੱਦਦ ਕੀਤਾ ਸਾਡੀ ਮਾਨਸਿਕ ਪੀੜਾ ਵਧਾਈ ਸਾਡੀਆਂ ਯੋਗਤਾਵਾਂ ਪੂਰੀਆਂ ਸੀਗੀਆਂ ਬਟ ਇਸ ਗਵਰਨਮੈਂਟ ਨੇ ਜੋ ਬਿਫੋਰ ਇਲੈਕਸ਼ਨ ਵਾਦਾ ਕੀਤਾ ਸੀ ਉਹਦੇ ਉੱਤੇ 70% ਵਾਦਾ ਪੂਰਾ ਕਰਤਾ ਤੇ ਅਸੀਂ ਯਕੀਨ ਕਰਦੇ ਰਹਿੰਦਾ ਵੀ ਇਹ ਗਵਰਨਮੈਂਟ ਪੂਰਾ ਕਰੂ ਬਹੁਤ ਸਮਾ ਸੰਘਰਸ਼ ਚੱਲਿਆ ਤਸ਼ੱਦਦ ਚੱਲਿਆ ਪਾਣੀ ਬੁਸ਼ਾਰਾਂ ਡਾਂਗਾ ਹਨਾ ਜਦੋਂ ਇਹ ਸਰਕਾਰ ਆਈ ਉਦੋਂ ਵੀ ਤੁਸੀਂ ਇਹ ਚੀਜ਼ਾਂ ਦੇਖੀਆਂ ਤਾਂ ਤੁਹਾਨੂੰ ਲੱਗ ਰਿਆ ਸੀ ਕਿ ਹੁਣ ਇੱਕ ਸਾਲ ਹੋ ਗਿਆ ਸੀ ਤੁਹਾਨੂੰ ਲੱਗ ਰਿਆ ਸੀ ਕਿ ਹਾਂ ਨਹੀਂ ਨਹੀਂ ਸਾਨੂੰ ਫਾਇਦਾ ਜ਼ਰੂਰ ਹੋਊਗਾ ਸਰਕਾਰ ਸਾਡੀ ਜ਼ਰੂਰ ਸੁਣੂਗੀ ਇਹ ਆਸ ਕਦੋਂ ਤੁਹਾਡੀ ਜਾਗੀ ਸੀ ਇਸ ਗਵਰਨਮੈਂਟ ਦੇ ਨਾਲ ਅਸੀਂ 22 ਮਈ 2022 ਤੋਂ ਲੱਗੇ ਸੀਗੇ ਇਹਦੇ ਨਾਲ ਗਵਰਨਮੈਂਟ ਦੇ ਨਾਲ ਵੈਸੇ ਅਸੀਂ ਰੋਸ ਮਜਾਰੇ ਨਹੀਂ ਕੀਤੇ ਪਿਛਲੀਆਂ ਵਾਲੀਆਂ ਕਰ ਲਏ ਜਿੰਨੇ ਕਰ ਲਏ ਬਹੁਤ ਕੁਝ ਹੋਇਆ ਬੜਾ ਮਾਨਸਿਕ ਬੜਾ ਸਰੀਰਕ ਕਸ਼ਟ ਲਏ ਬੜੀਆਂ ਡਾਂਗਾ ਛੋਟੇ ਬੜੇ ਮਰਨ ਵਰਤ ਮੈਂ 47 ਦਿਨ ਦਾ ਮਰਨ ਵਰਤ ਰੱਖਿਆ ਸੀਗਾ ਬਟ ਕੋਈ ਬੈਨੀਫਿਟ ਨਹੀਂ ਦਿੱਤਾ ਇਸ ਗਵਰਨਮੈਂਟ ਦੇ ਦਰਾਂ ਆਏ ਜਦੋਂ ਤਾਂ ਅਸੀਂ ਇਹਨਾਂ ਨੂੰ ਮਿਲ ਕੇ ਮੰਤਰੀ ਸਾਹਿਬਾਨਾਂ ਨਾਲ ਮਾਨਯੋਗ ਸੀਐਮ ਸਾਹਿਬ ਨਾਲ ਈਵਨ ਕਿ ਹਰਜੋਤ ਬੈਂਸ ਜੀ ਤਾਂ ਬਹੁਤ ਹੀ ਅੱਛੇ ਨਾਈਸ ਸਿੱਖਿਆ ਮੰਤਰੀ ਹੈਗੇ ਨੇ ਅੱਜ ਤੱਕ ਦੇ ਕਦੇ ਵੀ ਅਜਿਹੇ ਮੰਤਰੀ ਕੋਈ ਸਿੱਖਿਆ ਮਹਿਕਮੇ ਨਹੀਂ ਸੀ ਆਇਆ ਤਾਂ ਇਹਨਾਂ ਨਾਲ ਅਸੀਂ ਮਿਲ ਕੇ ਹੀ ਕੰਮ ਕਰਾਇਆ ਇਹਨਾਂ ਦੇ ਸਮੇਂ ਦੇ ਵਿੱਚ ਅਸੀਂ ਰੋਸ ਮਜਾਰਾ ਨਹੀਂ ਕੀਤਾ ਹੋਰ ਕਿਹੜੀਆਂ ਮੰਗਾਂ ਥੋਡੀਆਂ ਰਹਿੰਦੀਆਂ ਨੇ ਜਿਹੜੀਆਂ ਤੁਸੀਂ ਤੁਹਾਨੂੰ ਆਸ ਹੈ ਕਿ ਇਹ ਵੀ ਜਲਦ ਪੂਰੀਆਂ ਹੋ ਜਾਣਗੀਆਂ ਦੇ ਕੋਸਾ ਸਾਡੇ ਟੀਚਰ ਸਾਰੇ ਐਮਐਬੀਏ ਨੇ ਤੇ ਅਸੀਂ ਐਮਐਬੀਏ ਦੀ ਜਿਹੜੀ 35-500 ਮਿਨੀਮਮ ਸਕੇਲ ਸੀਗਾ ਅਸੀਂ ਉਹ ਉਮੀਦ ਲਾਉਂਦੇ ਸੀ ਵੀ ਉਹ ਹੀ ਮਿਲੂਗਾ ਚਲੋ ਗਵਰਨਮੈਂਟ ਨੇ ਜਿੰਨਾ ਕੀਤਾ 70% ਕਰਤਾ ਸਾਡਾ ਬਹੁਤ ਅੱਛਾ ਹੈ ਅਸੀਂ ਉਹ ਸਕੇਲ ਮਾਸਟਰ ਕਰਦਾ ਸੀ ਤੇ ਪਲੱਸ ਉਹਨਾਂ ਦੇ ਸਕੇਲ ਦੇ ਬੈਨੀਫਿਟਸ ਨੇ ਜਿਹੜੇ ਵਿਭਾਗ ਦੇ ਸਾਰੇ ਅਸੀਂ ਉਹ ਵੀ ਅਪੀਲ ਗਵਰਨਮੈਂਟ ਨੂੰ ਕਰਦੇ ਆ ਕਿ ਸਾਡੇ ਰਹਿਦੇ ਵੀ ਕਸਰ ਹੋ ਜ਼ਰੂਰ ਇਤਿਹਾਸਕ ਫੈਸਲਾ ਲੈ ਕੇ ਕੱਢਣਗੇ ਦਾ ਪਹਿਲਾ ਰਿਐਕਸ਼ਨ ਕੀ ਸੀ ਜਦੋਂ ਤੁਹਾਨੂੰ ਪਤਾ ਲੱਗਾ ਕਿ ਸਾਡੀਆਂ ਮੰਗਾ ਮੰਨ ਲਈਆਂ ਗਈਆਂ ਤਨਖਾਹਾਂ ਡਬਲ ਹੋ ਗਈਆਂ ਕੀ ਦੋ ਮਨ ਦੇ ਵਿੱਚ ਖਿਆਲ ਆਇਆ ਬੜੇ ਖੁਸ਼ੀ ਹੋਈ ਜੀ ਬਹੁਤ ਪਰਿਵਾਰਾਂ ਨੂੰ ਇਹਦੇ ਵਿੱਚ ਬੜਾ ਲੰਬੇ ਸਮੇਂ ਤੋਂ ਉਡੀਕ ਕਰ ਰਹੇ ਸੀ ਇਸ ਦਿਨ ਦੀ ਬਹੁਤ ਖੁਸ਼ੀ ਹੈ ਪਰਿਵਾਰਾਂ ਦੇ ਵਿੱਚ ਮਾਹੌਲ ਵਧੀਆ ਖੁਸ਼ਮੋਹਲ ਹੈ ਜਿਹੜਾ ਕਿ ਮਤਲਬ ਮੈਸੇਜ ਨੂੰ ਅਸੀਂ 15 ਸਾਲ ਢੀਕਦੇ ਹੋਈਏ ਤੇ ਉਹ ਮੈਸੇਜ ਮਿਲੇ ਤਾਂ ਦੇਖੋ ਤੁਸੀਂ ਆਪ ਵੀ ਕਿੰਨਾ ਕੁ ਜਿਹੜਾ ਖੁਸ਼ੀ ਹੋਊਗੀ ਧੰਨਵਾਦ ਤਾਂ ਏਸੀ ਅ즈ਮੇਰ ਸਿੰਘ ਔਲਖ ਬਹੁਤ ਕਹਿੰਦੇ ਖੁਸ਼ੀ ਦਾ ਦਿਨ ਹੈ ਅੱਜ ਦਾ ਉਨਾਂ ਦੀਆਂ ਤਨਖਾਹਾਂ ਇੱਕ ਤਰ੍ਹਾਂ ਦੀ तकरीबन ਡਬਲ ਹੋ ਗਈਆਂ ਔਰ ਬਾਕੀਆਂ ਰਹਿੰਦੀਆਂ ਮੰਗਾ ਵੀ ਉਹਨਾਂ ਨੇ ਕਿਹਾ ਕਿ ਸਾਡੀ ਸਰਕਾਰ ਜਿਹੜੀ ਆ ਉਸ ਨੂੰ ਸੁਣ ਰਹੀ ਆ ਕੈਮਰਾਮੈਨ ਗੁਰਸਾਹਬ ਦੇ ਨਾਲ ਪ੍ਰਿੰਸ ਨਿਆਲ ਰੋ ਪੰਜਾਬ ਟੀਵੀ ਚੰਡੀਗੜ੍ਹ